ਅਸਲਾਮ ਵਾਲੇਕਮ ਸਿਆਸੀ ਡੇਰਾ ਤੇ ਖੁਸ਼ ਆਮਦਿਦ ਹਜ਼ੂਰ ਸਾਡੀ ਦੁਆਏ ਕਿ ਤੁਸੀਂ ਜਿੱਥੇ ਵੀ ਤਸ਼ਰੀਫ ਫਰਮਾਓ ਅੱਲਾ ਪਾਕ ਤੁਹਾਡੇ ਤੇ ਆਪਣਾ ਖਾਸ ਫਜ਼ਲ ਔਰ ਰਹਿਮ ਫਰਮਾਇਤੇ ਮਿਠਾ ਜੀ ਵਡੀਆਂ ਖਬਰਾਂ ਲੈ ਕੇ ਮੈਂ ਤੁਹਾਡੀ ਖidmat ਦੇ ਵਿੱਚ ਹਾਜ਼ਰ ਹੋ ਚੁੱਕਿਆ ਹਾਂ ਯਕੀਨ ਕਰੋ ਕਿ ਸੁਪਰੀਮ ਕੋਰਟ ਦੇ ਵਿੱਚ ਅੱਜ ਬੰਦਿਆਲ ਦੇ ਨਾਲ ਜੋ ਇਲੈਕਸ਼ਨ ਕਮਿਸ਼ਨ ਨੇ ਕੀਤਾ ਇਹ ਤੁਹਾਡੀ ਸੋਚ ਹੈ ਯਕੀਨ ਕਰੋ ਕਿ ਅਖੀਰ ਕਰ ਦਿੱਤੀ ਹੈ ਬੰਦਿਆਲ ਵੀ ਉੱਥੇ ਅਜੀਬੋ ਗਰੀਬ ਕਿਸਮ ਦੀਆਂ ਹਰਕਤਾਂ ਜਿਹੜੀਆਂ ਉਹ ਕਰੀ ਜਾਂਦਾ ਹੈ ਲੇਕਿਨ ਇਲੈਕਸ਼ਨ ਕਮਿਸ਼ਨ ਨੇ ਜੋ ਅੱਜ ਉਥੇ ਕੀਤਾ ਆਖੀਰ ਕਰ ਦਿੱਤੀ ਠੀਕ ਹੈ ਨਾ بڑے ਸਵਾਲات ਜਿਹੜੇ ਨੇ ਉਹ ਉਠਾ ਦਿੱਤੇ ਨੇ ਔਰ ਬੰਦਿਆਲ ਨੂੰ ਉਥੇ ਤੁਸੀਂ ਇੰਜ ਹੀ ਸਮਝੋ ਕਿ ਜਿਵੇਂ ਪਿੰਨਾ ਥਾਵਾਂ ਦੇ ਵਿੱਚ ਚੌਧਰੀ ਜਿਹੜੇ ਨੇ ਉਹ ਡੇਰਿਆਂ ਦੇ ਉੱਤੇ ਐਵੇਂ ਮੁਸਲੀਆਂ ਮੁਸਲੀਆਂ ਨੂੰ ਛਿੜਕਦੇ ਨਹੀਂ ਤੇ ਨਾਲ ਕਦੀਕਦਾਰ ਕੋ 4 ਲੀਟਰ ਵੀ ਮਾਰ ਦਿੰਦੇ ਨੇ ਜਦੋਂ ਮੁਸੱਲੀ ਸਹੀ ਕੰਮ ਨਹੀਂ ਕਰਦਾ ਇਸੇ ਤਰ੍ਹਾਂ ਹੀ ਅੱਜ ਇਲੈਕਸ਼ਨ ਕਮਿਸ਼ਨ ਦਾ ਜਿਹੜਾ ਵਕੀਲ ਅਰਫਾਨ ਕਾਦਰ ਉਹਨੇ ਇਹ ਆਪਣਾ ਸੁਪਰੀਮ ਕੋਰਟ ਦੇ ਵਿੱਚ ਜਾ ਕੇ ਇੱਕ ਦਰਖਾਸਤ ਦਿੱਤੀ ਹੈ ਔਰ ਉਹ ਦਰਖਾਸਤ ਜਿਹੜੀ ਇਹ ਉਹ ਐਸਾ ਉਹ ਉਹਨੇ ਕੰਮ ਪਾਇਆ ਹੈ ਕਿ ਤੁਹਾਡੀ ਸੋਚ ਇਹਦੇ ਬਾਰੇ ਅਸੀਂ ਅਗਲੀ ਵੀਡੀਓ ਦੇ ਵਿੱਚ ਗੱਲ ਕਰਾਂਦੇ ਕਿਉਂਕਿ ਇਹ ਹੁਣ ਹੀ ਖਬਰ ਸਾਡੇ ਕੋਲ ਆਈ ਹੈ ਤੇ ਇਹਦੀ ਪੂਰੀ ਤਿਆਰੀ ਜਿਹੜੀ ਹੈ ਉਹ ਤੁਹਾਨੂੰ ਅਗਲੀ ਵੀਡੀਓ ਦੇ ਵਿੱਚ ਸਾਰਾ ਕੁਝ ਜਿਹੜਾ ਇਹ ਮਿਲੇਗਾ ਗੱਲ ਉਹਨੇ ਅਖੀਰ ਕਰ ਦਿੱਤੀ ਹੈ ਤੇ ਬੰਦਿਆਲ ਦਾ ਬਚਣਾ ਜਿਹੜਾ ਨਾ ਉਹ ਮੈਨੂੰ ਬੜਾ ਮੁਸ਼ਕਲ ਨਜ਼ਰ ਆ ਰਿਹਾ ਯਕੀਨ ਕਰੋ ਇਸ ਵਕਤ ਬਹੁਤ ਪੈੜਾ ਫਸ ਚੁੱਕਿਆ ਮੈਂ ਉਹਨੂੰ ਬਾਰ ਬਾਰ ਕਹਿ ਰਿਹਾ ਸੀ ਕਿ ਬੰਦਿਆਲ ਤੂੰ ਫਸ ਜਾਣਾ ਨਿਆਜ਼ੀ ਵੀ ਨਿਕਲ ਜਾਣਾ ਹੈ ਫਲਾਣੇ ਵੀ ਨਿਕਲ ਜਾਣਾ ਤੂੰ ਕੱਲੇ ਫਸ ਜਾਣਾ ਤੇ ਤੇਰੇ ਪੱਲੇ ਕੱਖ ਨਹੀਂ ਰਹਿਣਾ ਲੇਕਿਨ ਬੰਦਿਆਲ ਸਹਰੀ ਗੱਲ ਹੈ ਡਾਲਰਾਂ ਦੇ ਘੋੜੇ ਦੇ ਉੱਤੇ ਸਵਾਰ ਸੀ ਔਰ ਡਾਲਰ ਆ ਰਿਹਾ ਸੀ ਔਰ ਖਾਈ ਜਾ ਰਿਹਾ ਸੀ ਔਰ ਪ੍ਰਾਪਰਟੀਆਂ ਬਣਾਈ ਜਾ ਰਿਹਾ ਸੀ ਔਰ ਕੋਈ ਮਤਲਬ ਕਿ ਧੁਰ ਧਰ ਨਹੀਂ ਸੀ ਛੱਡੀ ਬੰਦਿਆਲ ਨੇ ਠੀਕ ਨਾ ਮਿਠਾ ਜੀ ਤੇ ਖਬਰਾਂ ਜਿਹੜੀ ਆ ਮੈਂ ਤੁਹਾਡੇ ਸਾਹਮਣੇ ਲੈ ਕੇ ਹਾਜ਼ਰ ਹੋਇਆ ਯਕੀਨ ਕਰੋ ਅਖੀਰ ਹੋ ਗਈ ਬਹੁਤ ਵੱਡੀ ਖਬਰ ਹੈ ਅੰਦਰ ਦੀ ਖਬਰ ਹੈ ਅੰਦਰ ਤੇ ਮਿੱਠੀਆਂ ਦੀ ਖਬਰ ਹੈ ਜਿਹੜੇ ਲੈ ਕੇ ਆਏ ਨੇ ਔਰ ਬੜੀ ਅਫਸੋਸਨਾਕ ਖਬਰ ਹੈ ਔਰ ਇਹ ਮੇਰੇ ਖਿਆਲ ਦੇ ਮੁਤਾਬਕ ਸਿਆਸੀ ਡਿਰਾ ਪਹਿਲਾ ਚੈਨਲ ਹੋਏਗਾ ਜਿਹੜਾ ਇਹ ਖਬਰ ਤੁਹਾਡੇ ਸਾਹਮਣੇ ਬ੍ਰੇਕ ਕਰ ਰਿਹਾ ਤੁਹਾਨੂੰ ਦੱਸ ਰਿਹਾ ਇਹ ਸਾਡਾ ਹਮੇਸ਼ਾ ਖਾਸਾ ਹੁੰਦਾ ਇਹ ਤੁਹਾਨੂੰ ਦੱਸਾਂ ਕਿਉਂਕਿ ਜਿੰਨੀਆਂ ਵੀ ਮੁਸ਼ਕਲ ਖਬਰਾਂ ਹੁੰਦੀਆਂ ਨੇ ਉਹ ਸਾਡੇ ਪੇਟੇ ਪੈ ਜਾਂਦੀਆਂ ਨੇ ਕਿ ਤੁਸੀਂ ਕਰਨੀ ਠੀਕ ਹੈ ਨਾ ਮਿੱਠਾ ਜੀ ਅੱਛਾ ਖਬਰਾਂ ਤੇ ਆਜੋ ਨਿਆਜ਼ੀ ਦਾ ਆਪਣੇ ਬੰਦੇ ਮਾਰਨ ਦਾ ਮਨਸੂਬਾ ਲੀਕ ਮਿੱਠਾ ਜੀ ਨਿਆਜ਼ੀ ਦਾ ਆਪਣੇ ਬੰਦੇ ਯਾਨੀ ਕਿ ਆਪਣੀ ਪਾਰਟੀ ਦੇ ਚਾਰ ਜਾਂ ਪੰਜ ਰਹਿਨਮਾ ਜਿਹੜੇ ਨੇ ਉਹਨਾਂ ਨੂੰ ਮਾਰਨ ਦਾ ਜਾਂ ਮਰਵਾਉਣ ਦਾ ਮਨਸੂਬਾ ਜਿਹੜਾ ਉੱਫੜਿਆ ਗਿਆ ਲੀਕ ਹੋ ਗਿਆ ਮੈਸੇਜ ਵੀ ਲੀਕ ਹੋ ਗਏ ਨੇ ਤੇ ਦੱਸਣ ਵਾਲੇ ਦੱਸ ਰਹੇ ਸੀ ਕਿ ਕੋਈ ਆਡੀਓ ਛਾੜੀਓ ਵੀ ਲੀਕ ਹੋ ਗਈ ਕਿ ਇਹ ਇਹ ਬੰਦਾ ਜਿਹੜਾ ਇਹਨੂੰ ਅਸੀਂ ਫੜਕਾਣਾ ਉਧਾ ਮੁਸ਼ਰਫ ਕੋਲ ਕਲ ਨੇ ਤੇ ਉਸ ਤੋਂ ਬਾਅਦ ਦਾ ਕੀ ਪਲਾਨ ਹੈ ਉਹ ਸਾਰਾ ਕੁਝ ਮੈਂ ਤੁਹਾਡੇ ਗੋਸ਼ਤਕਾਰ ਕਰਨਾ ਮੈਂ ਤੇ ਬੜੀ ਦੇਰ ਤੋਂ ਕਹਿ ਰਿਹਾ ਸੀ ਕਿ ਇਹ ਨਿਆਜ਼ੀ ਜਿਹੜਾ ਹੈ ਇਹ ਕੁਝ ਵੀ ਕਰੇਗਾ ਦੁਬਾਰਾ ਇਕਤਦਾਰ ਦੀ ਸੀੜੀ ਚੜ੍ਹਨ ਵਾਸਤੇ ਐਸ ਵਕਤ ਇਹ ਅਮਰੀਕਾ ਦੀ ਚੌਲੀ ਦੇ ਵਿੱਚ ਬੈਠਾ ਹੈ ਇਸرائیਲ ਦੀ ਚੌਲੀ ਦੇ ਵਿੱਚ ਬੈਠਾ ਹੈ ਇੰਡੀਆ ਦੀ ਝੋਲੀ ਦੇ ਵਿੱਚ ਬੈਠਾ ਹੈ ਤ੍ਰੈ ਮੁਲਕ ਨੇ ਜਿਨ੍ਹਾਂ ਦੀ ਝੋਲੀ 'ਚ ਇਸ ਟਾਈਮ ਇਹ ਬੰਦਾ ਬੈਠਾ ਹੈ। ਔਰ ਸਿਰਫ ਔਰ ਸਿਰਫ ਚਾਇਨਾ ਪਾਕਿਸਤਾਨ ਦੀ ਦੋਸਤੀ ਰਕਵਾਨ ਆਸਤੇ بڑے بڑے ਵੱਡੇ ਖੇਡ ਜਿਹੜੇ ਨੇ ਉਹ ਖੇਡੇ ਜਾ ਰਹੇ ਨੇ ਤੁਹਾਡੀ ਸੋਚ। ਇਹ 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 ਖਬਰ ਹੈ ਵੱਡੀ ਇਹ ਤੇ ਗੱਲ ਕਰਨੇ ਅੱਗੇ ਆ ਜਾਓ। ਬੰਦਿਆਲ ਨੂੰ ਆਖਰੀ ਵਾਰਨਿੰਗ ਜਿਹੜੀ ਹੈ ਉਹ ਦੇ ਦਿੱਤੀ ਲੜਾਈ ਜਿਹੜੀ ਹੈ ਉਹ ਹੁਣ ਆਖਰੀ ਮਰਾਹਲ ਦੇ ਵਿੱਚ ਆ ਗਈ ਯਾਨੀ ਕਿ ਲੜਾਈ ਹੁਣ ਅਰੋਜ ਤੇ ਵੀ ਇਹ ਜਿਆ ਹੁਣ ਤੈ ਹੋਣਾ ਕਿ ਬੰਦਿਆਲ ਨੇ ਰਹਿਣਾ ਹੈ ਜਾਂ ਪਾਕਿਸਤਾਨ ਨੇ ਰਹਿਣਾ ਇਹ ਤੇ ਗੱਲ ਕਰਨੇ ਆ ਅੱਗੇ ਤੁਸੀਂ ਆਜੋ ਪੀਰਨੀ ਦੁਨੀਆ ਦੀ ਨੇਕ ਤਰੀਨ ਖਤੂਨ ਨੇ ਨਿਆਜ਼ੀ ਇਹ ਤਿੰਨ ਗੱਲਾਂ ਨੇ ਜਿੰਨਾ ਜਿਹੜੀਆਂ ਮੈਂ ਤੁਹਾਡੇ ਅੱਜ ਗੋਸ਼ਟਕਾਰ ਕਰਨੀਆਂ ਮਿੱਠਾ ਜੀ ਤਵਜੋ ਤੁਹਾਡੀ ਪੂਰੀ ਚਾਹੀਦੀ ਹੈ ਪਹਿਲੀ ਖਬਰ ਤੇ ਆਜੋ ਨਿਆਜ਼ੀ ਦਾ ਆਪਣੇ ਬੰਦੇ ਮਰਵਾਉਣ ਦਾ ਮਨਸੂਬਾ ਲੀਕ ਲਾਂਗ ਮਾਰਚ ਵੀ ਕਰ ਲਿਆ ਕੁਛ ਨਾ ਨਿਕਲਿਆ ਅਮਰੀਕਾ ਤੇ ਇਲਜ਼ਾਮ ਮਿਲਾ ਲਿਆ ਕੋਸ਼ਨਾ ਨਿਕਲਿਆ ਬਾਅਦ ਚ ਉਹ ਅਮਰੀਕਾ ਦੀ ਚੋੜੀ ਜਾ ਕੇ ਬਹਿ ਗਿਆ ਔਰ ਹੋਂ ਉਹਨਾਂ ਦੀ ਹਦਾਇਤ ਤੇ ਅਮਲ ਕਰ ਰਿਹਾ ਤੁਸੀਂ ਜਰਾ ਅੰਦਾਜ਼ਾ ਰੱਖਣਾ ਇਸ ਗੱਲ ਤੇ ਮਿੱਠਾ ਜੀ ਅਮਰੀਕੀ ਸਾਦਸ਼ਵੀ ਨਕਾਮ ਲਾਂਗ ਮਾਰਚ ਵੀ ਨਕਾਮ ਔਰ ਜਿਹੜਾ ਮੁੰਡਾ ਸੀ ਨਵੀਦ ਐ ਉਹ ਫੈਜ਼ ਉਮੀਦ ਦਾ ਜਿਹੜਾ ਉਹ ਸ਼ੂਟਰ ਸੀ ਉਹਨੇ ਜਿਹੜਾ ਉਹ ਡਰਾਮਾ ਕੀਤਾ ਫੈਜ਼ ਉਮੀਦ ਤੇ ਕਹਿਣ ਤੇ ਉਹ ਉਹ ਵੀ ਨਕਾਮ ਲੱਤਾਂ ਵਾਲਾ ਡਰਾਮਾ ਵੀ ਨਕਾਮ ਉਸ ਤੋਂ ਬਾਅਦ ਅਸੈਂਬਲੀਆਂ ਤੋੜਨ ਵਾਲਾ ਮਨਸੂਬਾ ਵੀ ਨਕਾਮ रियासत ਦੇ ਖਿਲਾਫ ਜੰਗ ਕਰਕੇ ਤਾਲਬਾਨਾਂ ਨੂੰ ਬਿਠਾ ਕੇ ਰਿਆਸਤ ਦੇ ਖਿਲਾਫ ਲੜਾਈ ਕਰਨ ਵਾਲਾ ਮਨਸੂਬਾ ਵੀ ਨਕਾਮ ਖਾਨਾ ਜੰਗੀ ਵਾਲਾ ਮਨਸੂਬਾ ਵੀ ਨਕਾਮ ਤਕਰੀਬਨ ਜੋ ਜੋ ਇਹ ਕਰਦਾ ਰਿਹਾ ਆਪਣੇ ਆਕਾਮਾਂ ਦੇ ਕਹਿਣ ਤੇ ਪਾਕਿਸਤਾਨ ਦੀ ਫੌਜ ਔਰ ਪਾਕਿਸਤਾਨ ਦੀ ਹਕੂਮਤ ਉਹ ਸਾਰੇ ਦੇ ਸਾਰੇ ਮਨਸੂਬੇ ਜਿਹੜੇ ਨੇ ਉਹ ਨਕਾਮ ਬਣਾਉਂਦੀ ਰਹੀ ਔਰ ਰਿਆਸਤ ਜਿਹੜੀ ਉਹ ਸੁਰਖਰੂ ਹੋ ਕੇ ਨਿਕਲਦੀ ਜਾਂਦੀ ਜਿਨੇ ਵੀ ਇਹਨੇ ਵਾਰ ਰਿਆਸਤ ਦੇ ਪਾਕਿਸਤਾਨ ਤੇ ਕਰਦਾ ਰਿਹਾ ਰਿਆਸਤ ਨਿਕਲਦੀ ਗਈ ਹੁਣ ਜਿਹੜਾ ਆਖਰੀ ਅਹਿਮ ਮਨਸੂਬਾ ਹੈ ਆਖਰੀ ਤੇ ਮੈਨੂੰ ਨਹੀਂ ਕਹਿ ਸਕਦਾ ਜਿਹੜਾ ਇਹ ਹੁਣ ਤਾਜ਼ਾ ਮਨਸੂਬਾ ਲੀਕ ਹੋਇਆ ਕੱਲ ਰਾਤ ਨੂੰ ਇਹ ਲੀਕ ਹੁੰਦਾ ਹਜੇ ਬੜਾ ਕੁਝ ਲੀਕ ਹੋਣਾ ਮਿੱਠਾ ਜੀ ਯਕੀਨ ਕਰੋ ਹਜੇ ਬੜਾ ਕੁਝ ਹਜੇ ਮੈਨੂੰ ਕੱਲ ਦੱਸਿਆ ਇੱਕ ਮਿੱਠੇ ਨੇ ਉਹਨੇ ਕਿਹਾ ਚੱਠਾ ਸਾਹਿਬ ਉਹ ਰਮਲ ਦੇ ਨਾਲ ਜਿਹੜੀ ਇਹਦੀ ਵੀਡੀਓ ਹੈ ਨਾ 2 ਮਿੰਟ ਤੇ 18 ਸੈਕਿੰਡ ਦੀ ਜਿਹਦੇ ਵਿੱਚ ਰਮਲ ਉੱਤੇ ਵੇਤੇ ਨਿਆਜ਼ੀ ਥੱਲੇ ਵੇ ਉਹ ਵੀ ਉਹਨਾਂ ਨੂੰ ਲੀਕ ਕਰਨੀ ਕਰਨ ਵਾਲਿਆ ਏ ਮੈਨੂੰ ਕੱਲ بڑے ਪਤੇ ਵਾਲੇ ਬੰਦੇ ਨੇ ਦੱਸਿਆ ਕਿਉਂਕਿ ਜਿਹੜੇ ਖਬਰਾਂ ਸੰਦੇ ਨੇ ਬڑے ਪਤੇ ਵਾਲੇ ਬڑے ਠੀਕ ਠਾਕ ਲੋਕ ਵੱਡੇ ਲੋਕ ਹੁੰਦੇ ਨੇ ਮਿੱਠੇ ਨੇ ਸਾਡੇ ਸਾਰੇ ਉਹਨਾਂ ਨੇ ਕਿਹਾ ਉਹ ਵੀਡੀਓ ਵੀ ਓਨਲੀਕ ਹੋਣੀ ਆ ਮਿੱਠਿਆ ਤਿਆਰੀ ਫੜ ਲੈ ਦੱਸ ਦੇ ਕੇ ਰਮਲ ਉੱਤੇ ਹੀ ਤੇ ਇੱਥੇ ਲਈ ਤੇ ਮੈਂ ਉਹ ਤੁਹਾਨੂੰ ਦੱਸਣਾ ਪਿਆ ਠੀਕ ਆ ਇੰਨੇ ਜਿਹੜਾ ਇਹ ਪਲਾਨ ਕੀਤਾ ਸਾਰਾ ਕੁਝ ਨਕਾਮ ਹੋਣ ਤੋਂ ਬਾਅਦ ਜੋ ਇਹਦੇ ਆਕਾਵਨ ਇਹਨਾਂ ਨੂੰ ਇਹਨੂੰ ਕਿਹਾ ਕਿ 5 ਜਾਂ 6 ਬੰਦੇ ਜਿਹੜੇ ਤੇਰੀ ਪਾਰਟੀ ਦੇ ਸਰਕਰਦਾਂ ਨੇ ਉਹਨਾਂ ਨੂੰ ਤੂੰ ਮਾਰਨਾ 5 ਜਾਂ 6 ਬੰਦੇ ਜਿਹੜੇ ਪਾਰਟੀ ਦੇ ਸਰਕਰਦਾਂ ਨੇ Imran Khan ਦੇ ਨਾਲ ਉਹਨਾਂ ਨੂੰ ਤੂੰ ਮਾਰਨਾ ਯਾਨੀ ਕਿ ਮਰਵਾਣਾ ਜਾਂ ਮਾਰਨਾ ਖਤਮ ਕਰਨਾ ਮੁਸ਼ਰਫ ਕੋਲ ਪਹੁੰਚਾਣਾ ਉਹ ਹੁਣ ਬੰਦੇ ਕਿਹੜੇ ਕਿਹੜੇ ਨੇ ਉਹ ਬੰਦੇ ਸ਼ਾਹ ਮਹਮੂਦ ਕੁਰੇਸ਼ੀ ਸ਼ਾਹ ਜੀ ਧਿਆਨ ਕਰ ਲੋ ਤੁਹਾਡੀ ਬਲੀ ਚੜਨ ਲੱਗੀ ਜੇ ਮੁਰਾਦ ਸੈਦ ਟਾਪ ਦੇ ਉੱਤੇ ਆ ਮੁਰਾਦ ਸੈਦ ਸ਼ਾਹ ਮਮੂਦ ਕੁਰੇਸ਼ੀ ਫਵਾਦ ਚੌਧਰੀ ਅਸਦ ਉਮਰ ਔਰ ਇੱਕ ਔਰਤ ਤੁਸੀਂ ਇਹਦੇ ਚ ਤੁਸੀਂ ਯਾਸਮੀਨ ਰਾਸ਼ਦ ਕਹਿ ਲੋ ਜਾਂ ਕੋ ਮਲਿਕਾ ਬਹਾਰੀ ਕਹਿ ਲੋ ਕਹਨ ਵਾਲੇ ਕਹਿੰਦੇ ਨੇ ਕਿ ਚਾਰ ਜਾਂ ਪੰਜ ਬੰਦੇ ਨੇ ਚੋਂ ਦੇ ਨਾਮ ਤੇ ਅਸਾਂ ਤੁਹਾਨੂੰ ਦੱਸ ਛੜੇ ਤੇ ਇੱਕ ਔਰਤ ਹੈ ਇਹੀ ਇਹਦਾ ਸਰਕਲ ਹੈ ਨਾ ਕਰੀਬੀ ਕਰੀਬੀ ਲੋਗ ਇਹ ਹੀ ਨੇ ਨਾ ਹਰਮਨ ਕਿਹੜੇ ਨੇ ਉਹ ਜਿਹੜੇ ਮਨਸੂਬਾ ਸਾਜ਼ ਨੇ ਜਿਹੜੇ ਇਹਨੂੰ ਸਾਰਾ ਕੁਝ ਪੜਾਉਂਦੇ ਨੇ ਜਿਹੜੇ ਨੂੰ ਸਾਰਾ ਕੁਝ ਇਸ ਤੱਕ ਲੈ ਕੇ ਆਏ ਨੇ ਉਹ ਕਹਿੰਦੇ ਨੇ ਕਿ ਇਹ ਜਿਹੜੇ ਬੰਦੇ ਨੇ ਨਾ 5 ਜਾਂ 6 ਇਹਨਾਂ ਨੂੰ ਤੂੰ ਤੇਰੇ ਕੋਲ ਜਦੋਂ ਆਂਦੇ ਨੇ ਜ਼ਮਾਨਪਾਰਕ ਵਿੱਚ ਜ਼ਹਿਰੀ ਗਾਲ ਉੱਥੇ ਖਾਣਾ ਵੀ ਤੇਰੇ ਕੋਲ ਖਾਂਦੇ ਹੀ ਹੋਣਗੇ ਨਾ ਇੱਕ ਟਾਈਮ ਦਾ ਕਦੀ ਇੱਕਦਾਰ ਉਸ ਖਾਣੇ ਦੇ ਵਿੱਚ ਜ਼ਹਿਰ ਪਾ ਕੇ ਇਹਨਾਂ ਨੂੰ ਖਵਾਣੀ ਉਹ ਆਸਤਾ ਆਸਤਾ ਫਿਰ ਉਹ ਮਹੀਨੇ 1.5 ਦੇ ਵਿੱਚ ਉਹ ਖਤਮ ਹੋ ਜਾਣਗੇ ਇਹ ਜਿਹੜੇ ਮਨਸੂਬਾ ਸਾਜ਼ ਨੇ ਉਹ ਨਿਆਜ਼ੀ ਦੇ ਨਾਲ ਖੱਤ ਪੱਤਰ ਇੱਕ ਕਰ ਰਹੇ ਨੇ ਜੋ ਸਾਡੇ ਕੋਲ ਰਿਪੋਰਟਾਂ ਆਈਆਂ ਨੇ ਔਰ ਕੱਲ ਰਾਤ ਦਾ ਸੋਸ਼ਲ ਮੀਡੀਆ ਦੇ ਉੱਤੇ ਵੀ ਵੱਡੇ ਵੱਡੇ ਜੁਗਾਦਰੀ ਜਿਹੜੇ ਨੇ ਉਹ ਇਸ ਖਬਰ ਦੀ ਇਸ਼ਾਰਿਆਂ ਕਨਾਇਆਂ ਦੇ ਵਿੱਚ ਗੱਪਸ਼ਪ ਲਾ ਰਹੇ ਨੇ ਕਿ ਇੰਜ ਦੀ ਗੱਲ ਬਾਹਰ ਨਿਕਲੀ ਹੈ ਲੇਕਿਨ ਜ਼ਹਿਰੀ ਗੱਲ ਹੈ ਉਹ ਪਾਕਿਸਤਾਨ ਦੇ ਵਿੱਚ ਰਹਿੰਦੇ ਨੇ ਉਹਨਾਂ ਦੇ ਆਪਣੇ ਮਾਮਲਾਤ ਨੇ ਯਾਰੀਆਂ ਦੋਸਤੀਆਂ ਹੁੰਦੀਆਂ ਤਲਕ ਵਾਸਤੇ ਹੁੰਦੇ ਨੇ ਉਹ ਖੁੱਲ ਕੇ ਖਬਰ ਨਹੀਂ ਦੱਸ ਸਕਦੇ ਜਿਸ ਤਰ੍ਹਾਂ ਮਿੱਠਾ ਜੀ ਤੁਹਾਡੇ ਸਾਹਮਣੇ ਗੋਸ਼ਕੁਜ਼ਾਰ ਕਰਦੇ ਨੇ ਪੰਜ ਤੋਂ 6 ਲੋਕਾਂ ਨੂੰ ਬਲੀ ਚਾੜਨਾ ਇਹਦਾ ਹੁਕਮ ਦਿੱਤਾ ਗਿਆ ਨਿਆਜ਼ੀ ਨੂੰ ਉਹਦੇ ਆਕਾਵਾ ਨੇ ਜਿਨ੍ਹਾਂ ਨੇ ਉਹਨੂੰ ਪਾਲੇ ਆ ਜਿਹੜੇ ਉਹਨੂੰ ਫੰਡ ਦਿੰਦੇ ਨੇ ਜਿਹੜੇ ਉਹਨੂੰ ਹਥਿਆਰ ਦਿੰਦੇ ਨੇ ਜਿਹੜੇ ਉਹਨੂੰ ਮਾਈਆਂ ਔਰਤਾਂ ਮੁੰਡੇ ਆਬਾਮ ਸਾਰਾ ਕੁਝ ਜੋ ਦਿੰਦੇ ਨੇ ਉਹਨਾਂ ਨੇ ਕਿਹਾ ਕਿ ਇਹ 5 ਤੋਂ 6 ਬੰਦੇ ਤੂੰ ਬੰਨੇ ਲਾਣੇ ਨੇ ਔਰ ਇਹਨਾਂ ਦਾ ਜਿਹੜਾ ਇਲਜ਼ਾਮ ਹੋਏਗਾ ਉਹ ਹਕੂਮਤ ਦੇ ਵਕਤ ਔਰ ਸਟੈਬਲਿਸ਼ਮੈਂਟ ਦੇ ਉੱਤੇ ਲਾਇਆ ਜਾਏਗਾ ਜਲਾਓ ਗਰਾਓ ਸ਼ੁਰੂ ਹੋ ਜਾਏਗਾ ਪੈਸਾ ਇਹਨਾਂ ਨੂੰ ਅਸੀਂ ਤੈਨੂੰ ਦੇ ਦਿੱਤਾ ਹੈ ਕਿ ਗਰਾਓ ਜਲਾਓ ਤੂੰ ਕਰ ਸਕਣਾ ਉਸ ਪੈਸੇ ਨਾਲ ਆਵਾਮ ਵੀ ਤੇਰੇ ਕੋਲ ਹੈ ਬੰਦਾ 10 15 20 ਹਜ਼ਾਰ ਤੂੰ ਇਕੱਠਾ ਕਰ ਸਕਣਾ ਪੂਰੇ ਮੁਲਕ ਕੀ ਔਰ ਜ਼ੈਰ ਇਹਨਾਂ ਕੋ اسی ਤਰ੍ਹਾਂ ਫਿਲਾ ਦਿੱਤਾ ਹੈ ਕਿ 15 20 ਹਜ਼ਾਰ ਬੰਦਾ ਤੇਰੇ ਅਸ ਇਕੱਠਾ ਕਰਨਾ ਮੁਲਕ ਵਿੱਚੋਂ ਕੰਮ ਕੋਈ ਨਹੀਂ ਨਿਆਜ਼ੀ ਹੋਣ ਇਹ ਜਦੋਂ ਤੂੰ 4 5 ਬੰਦੇ ਬਲੀ ਚਾੜ ਦੇਂਗਾ ਆਪਣੀ ਪਾਰਟੀ ਦੇ ਇਲਜ਼ਾਮ ਅਸੀਂ ਲਾ ਦੇਾਂਗੇ ਕਿਉਂਕਿ ਇਹ ਤੇ ਸਾਰੀਆਂ ਤਾਕਤਾਂ ਬਾਹਰ ਬੈਠੀਆਂ ਨੇ ਉੱਥੋਂ ਹੀ ਸਾਰਾ ਕੁਝ ਸ਼ੁਰੂ ਹੁੰਦਾ ਨਾ ਜਿਹੜੇ ਜੇ ਉਸਤਾਦ ਨੇ ਤੇ ਸਾਰੇ ਬਾਹਰ ਬੈਠੇ ਨੇ ਉਹਦੀ ਸੋਸ਼ਲ ਮੀਡੀਆ ਟੀਮਾਂ ਵੀ ਬਾਹਰ ਚਾਰ ਚੌ ਮੁਲਕਾਂ 'ਚ ਬੈਠੀਆਂ ਜਿਨ੍ਹਾਂ ਨੂੰ ਜਿਹੜੀਆਂ ਨੇ ਫਰਮਾ ਹਾਇਰ ਕੀਤੀਆਂ ਸੋਸ਼ਲ ਮੀਡੀਆ ਦੀਆਂ ਕੰਪਨੀਆਂ 5-5 ਮਿਲੀਅਨ ਡਾਲਰ ਉਹਨਾਂ ਨੂੰ ਮਹੀਨੇ ਦਾ ਮਿਲਦਾ ਹੈ। ਉਹ ਬਿਆਨੀਆਂ ਬਣਾਉਂਦੇ ਨੇ ਫੇਸਬੁੱਕ ਤੇ ਟਵਿੱਟਰ ਤੇ ਉਹਨਾਂ ਦੇ ਲੱਖਾਂ ਦੇ ਹਿਸਾਬ ਤੇ ਅਕਾਊਂਟ ਬਣਾਏ ਹੁੰਦੇ ਨੇ ਤੁਸੀਂ ਆ ਵੇਂਦੇ ਨਹੀਂ ਫੇਸਬੁੱਕ ਤੇ ਟਵਿੱਟਰ ਤੇ ਨਾ ਪਤਾ ਕਿਸ ਦਾ ਨਹੀਂ ਤੇ ਉਹ ਜੁੜੇ ਆ ਕੋਈ ਪਤਾ ਹੀ ਨਹੀਂ ਇਹ ਕੌਣ ਹੈ ਕਿੱਥੋਂ ਆਏ ਆ। ਉਹਨਾਂ ਕਿਹਾ ਕਿ ਇਹ ਹੁਣ ਤੋਂ ਕਰਨਾ ਹੈ। ਤੂੰ ਆਪਣੇ ਬੰਦੇ ਮਾਰਨੇ ਨੇ। ਉਹਨਾਂ ਦਾ ਇਲਜ਼ਾਮ ਹਕੂਮਤ ਯਾਨੀ ਕਿ ਸ਼ਿਵਾਸ਼ਰੀਫ ਦੀ ਹਕੂਮਤ ਔਰ ਸਟੈਬਲਿਸ਼ਮੈਂਟ ਯਾਨੀ ਕਿ ਫੌਜ ਦੇ ਉੱਤੇ ਸਾਡਾ ਕੰਮ ਹੈ ਲਾਣਾ। ਔਰ ਉਹਨੂੰ ਫੈਲਾਣਾ ਪੂਰੀ ਦੁਨੀਆ ਦੇ ਵਿੱਚ ਔਰ ਪਾਕਿਸਤਾਨ ਦੇ ਵਿੱਚ ਇੱਕ ਅਫਰਾ ਤਫਰੀ ਜਿਹੜੀ ਉਹ ਫੈਲੇਗੀ ਲੋਕੀ ਬਾਹਰ ਨਿਕਲਣਗੇ ਅੱਗਾ ਲਾਣਗੇ ਗੱਡੀਆਂ ਤੋੜਨਗੇ ਸਾੜਨਗੇ ਇੱਕ ਖਾਨਾ ਜੰਗੀ ਦਾ ਮਾਹੌਲ ਬਣੇਗਾ ਔਰ ਉਹਦੇ ਵਿੱਚੋਂ ਫਿਰ ਤੈਨੂੰ ਇਲੈਕਸ਼ਨ ਮਿਲਣਗੇ ਕਿਉਂਕਿ ਸੁਪਰੀਮ ਕੋਰਟ ਦੇ ਕੋਲੋਂ ਤੈਨੂੰ ਇਲੈਕਸ਼ਨ ਨਹੀਂ ਹੋ ਮਿਲਨੇ ਇਹ ਪੰਜਾਂ ਛਿਆਂ ਬੰਦਿਆਂ ਦੀ ਕੁਰਬਾਨੀ ਤੈਨੂੰ ਨਿਆਜ਼ੀ ਦੇਣੀ ਪਵੇਗੀ ਇਹ ਬਹੁਤ ਵੱਡੀ ਖਬਰ ਹੈ ਜਿਹੜੀ ਮੈਂ ਤੁਹਾਡੇ ਸਾਹਮਣੇ ਗੋਸ਼ਟਗੁਜ਼ਾਰ ਕਰ ਰਿਹਾ ਕੁਝ ਚੀਜ਼ਾਂ ਵਿੱਚ ਹਸਾਸ ਨੇ ਜਿਹੜੀਆਂ ਮੈਂ ਹਜੇ ਨਹੀਂ ਦਸੀਆਂ ਕਿ ਗੱਲ ਕਿਦੀ-ਕਿਦੀ ਹੋਈ ਆ ਉਹ ਹੋ ਸਕਦਾ ਅਗਲੇ ਹਫਤੇ ਮੈਂ ਤੁਹਾਨੂੰ ਦੱਸਾਂ ਜਦੋਂ ਇਜਾਜ਼ਤ ਮਿਲ ਗਈ ਮਿੱਠਿਆ ਕੋਲ ਇਹ ਮਨਸੂਬਾ ਜਿਹੜਾ ਇਹ ਲੀਕ ਹੋ ਗਿਆ ਕਾਲ ਵੀ ਲੀਕ ਹੋ ਗਈ ਏ ਤੇ ਖਤ ਪੱਤਰ ਵੀ ਉਹ ਈਮੇਲਾਂ ਸ਼ੀਮੇਲਾਂ ਨਹੀਂ ਜਿਹੜੀਆਂ ਹੁੰਦੀਆਂ ਉਹ ਵੀ ਲੀਕ ਹੋ ਗਈਆਂ ਨੇ ਠੀਕ ਹੈ ਨਾ ਇਸ ਤੇ ਪਾਕਿਸਤਾਨੀ ਉਹ ਧਿਆਨ ਤੁਸੀਂ ਰੱਖਣਾ ਕਿ ਇਹਨੇ ਇਹ ਆਪਣੇ 5-6 ਬੰਦੇ ਮਰਵਾਣੇ ਜੇ ਤੇ ਜਿਹੜੇ ਇਹਦੇ ਕਰੀਬ ਰਹਿੰਦੇ ਨੇ ਮੈਂ ਉਹਨਾਂ ਨੂੰ ਵੀ ਕਹਿੰਨਾ ਕਿ ਬਈ ਦੂਰ ਸਾਈਡ ਤੇ ਨਸ ਚੋ ਇਹਦੇ ਕੋਲੋਂ ਦੂਰ ਹੋ ਜਾਓ ਦੂਰ ਹੋ ਜਾਓ ਠੀਕ ਹੈ ਅਗਲੀ ਖਬਰ ਤੇ ਆਜੋ ਬੰਦਿਆਲ ਨੂੰ ਆਖਰੀ ਵਾਰਨਿੰਗ ਦੇ ਦਿੱਤੀ ਬੰਦਿਆਲ ਨੇ ਕੱਲ ਸਪੀਕਰ ਕੌਮੀ ਅਸੈਂਬਲੀ ਨੂੰ ਜਿਹੜਾ ਨਾ ਉਹ ਖਤ ਲਿਖਿਆ ਕਿ ਸਾਨੂੰ ਪਾਰਲੀਮੈਂਟ ਦੀ ਕਾਰਵਾਈ ਜਿਹੜੀ ਹੈ ਨਾ ਉਹ ਸਾਨੂੰ ਲਿਆ ਕੇ ਦਿਓ ਓਏ ਪਾਰਲੀਮੈਂਟ ਦੇ ਜੋ ਕੁਝ ਹੋਇਆ ਸਾਨੂੰ ਉਹਦੀ ਤਫਸੀਲ ਦਿਓ ਉਹ ਸਪੀਕਰ ਨੇ ਫਿਰ ਅਗੋਂ ਲਾ ਲਿੱਤਰ ਲਿਆ ਲਾ ਕੇ ਤੇ ਉਹਨੇ ਸੌ ਮਾਰੇ ਨੇ ਬੰਦਿਆਲ ਨੂੰ ਤੇ ਇੱਕ ਗਿਣਿਆ ਉਨੇ ਕਹ ਖਲੋ ਜਾ ਤੈਨੂੰ ਮੈਂ ਦਿਆਂ ਪਾਰਲੀਮੈਂਟ ਦੀ ਕਾਰਵਾਈ ਗੰਦਿਆ ਨਾਲਿਆ ਉਹਨੇ ਉਲਟਾ ਸੁਪਰੀਮ ਕੋਰਟ ਨੂੰ ਖਤ ਲਿਖ ਦਿੱਤਾ ਉਹਨੇ ਕਿਹਾ ਤੁਹਾਡੀਆਂ ਕਿੰਨੀਆਂ ਤਨਖਾਹਾਂ ਨੇ ਕਿੰਨੇ ਪਲਾਟ ਨੇ ਕਿੰਨੀਆਂ ਜ਼ਮੀਨਾਂ ਨੇ ਕਿੰਨਾ ਖਰਚਾ ਕਿੰਨੇ ਮਕਾਨ ਨੇ ਕਿੰਨੀਆਂ ਕੋਠੀਆਂ ਨੇ ਕਿੰਨੀਆਂ ਜਾਇਦਾਦਾਂ ਨੇ ਕਿੰਨੇ ਬੈਂਕ ਅਕਾਊਂਟ ਨੇ ਇਹਨਾਂ ਸਾਰਿਆਂ ਦੀ ਤਫਸੀਲ ਕੌਮੀ ਅਸੈਂਬਲੀ ਨੂੰ ਪੇਸ਼ ਕਰੋ ਫਟਾਫਟ ਬੰਦੇ ਹਾਲ ਸਾਹਿਬ ਤੇ ਲੜਾਈ ਜਿਹੜੀ ਉਹ ਹੁਣ ਆਖਰੀ ਮਰਾਹਲ ਦੇ ਵਿੱਚ ਹੈ ਤੇ ਜਿਤਨਾ ਪਾਰਲੀਮੈਂਟ ਨੇ ਮੇ ਪਾਕਿਸਤਾਨ ਦੀ ਕੌਮ ਨੇ ਮੇ ਤੇ ਹਾਰਨਾ ਬੰਦਿਆਲ ਨੇ ਤੇ ਨਿਆਜ਼ੀ ਨੇ ਇਹ ਵੀ ਸਾਨੂੰ ਪਤਾ ਇਹ ਸੱਤ ਤੱਕ ਲੜਾਈ ਜਿਹੜੀ ਉਹ ਵੱਧ ਚੁੱਕੀ ਹੈ ਬੰਦਿਆਲ ਉਹਨੂੰ ਕਹਿੰਦਾ ਪਾਰਲੀਮੈਂਟ ਦੀ ਕਾਰਵਾਈ ਮੰਦੇ ਤੁਸੀਂ ਹਿਸਾਬ ਲਾਓ ਵਾ ਪੁੱਤਰ ਆਪਣੀ ਮਾਂ ਨੂੰ ਕਹਿ ਰਿਹਾ ਕਿ ਮੈਨੂੰ ਆਪਣੀ ਤਫਸੀਲ ਦੇ ਉਹ ਮਾਂ ਨੇ ਅੱਗੋਂ ਡੰਡਾ ਫੜ ਲਿਆ ਉਹਨੇ ਕਿਹਾ ਲੋ ਜਾ ਤੇ ਤੇਰੀ ਫਲਾਣਿਆਂ ਢੀਂਗੜਿਆ ਇਧਰ ਆ ਨਾ ਜ਼ਰਾ ਜੇਬਾਂ ਫਲਾ ਆਪਣੀਆਂ ਕਿੱਥੋਂ ਚੋਰੀ ਕਰਕੇ ਆਂਦੇ ਨੇ ਪੈਸੇ ਇਹ ਉੱਥੇ ਜਿਹੜਾ ਨਾ ਲੜਾਈ ਬਿਲਕੁਲ ਦੂ ਬਦੂ ਚੱਲ ਰਹੀ ਹੈ ਤੇ ਇਨਸ਼ਾਅੱਲਾ ਫਤਿਹ ਆਵਾਮ ਦੀ ਹੋਵੇ ਦੀ ਅਗਲੀ ਗੱਲ ਤੇ ਆਜੋ ਪੀਰਨੀ ਦੁਨੀਆ ਦੀ ਨੇਕ ਤਰੀਨ ਖਤੂਨ ਹੈ ইমরান ਖਾਨ ਨੇ ਔਰੀਆ ਮਕਬੂਲ ਜਾਨ ਨੂੰ ਇੰਟਰਵਿਊ ਦੇ ਵਿੱਚ ਕਿਹਾ ਹੁਣ ਤੁਸੀਂ ਅੰਦਾਜ਼ਾ ਲਾ ਲਓ ਬਈ ਇਹੋ ਹੀ ਗੱਲ ਖਾਬਰ ਮਨੇਕਾ ਕਹਿੰਦਾ ਸੀ ਕਿ ਪੀਰਨੀ ਜਿਹੜੀ ਉਹ ਦੁਨੀਆ ਦੀ ਨੇਕ ਤਰੀਨ ਖਤੂਨ ਹੈ ਤੇ ਬਾਹਰ ਸੋਫੇ ਤੇ ਸਿਗਰਟ ਪੀ ਰਿਹਾ ਹੁੰਦਾ ਸੀ ਤੇ ਅੰਦਰ ਉਹੀ ਜਿਹੜੀ ਨੇਕ ਤਰੀਨ ਖਤੂਨ ਸੀ ਦੁਨੀਆ ਦੀ ਉਹ ਅੰਦਰ ਠੋਕਾ ਠਕਾਈ ਕਰਾਰੇ ਸੀ ਨਿਆਜ਼ੀ ਕੋਲ ਬਾਹਰ ਬੰਦਾ ਖਾਬਦ ਬਾਹਰ ਸੋਫੇ ਤੇ ਬੈਠਾ ਔਰ ਬਾਹਰ ਨਿਕਲ ਕੇ ਉਹ ਕਹਿੰਦਾ ਮੀਡੀਆ ਨੂੰ ਕਿ ਪੀਰਨੀ ਜਿਹੜੀ ਹੈ ਦੁਨੀਆ ਦੀ ਸਭ ਤੋਂ ਜ਼ਿਆਦਾ ਪਰਦਾਦਾਰ ਔਰ ਨੇਕ ਖਤੂਨ ਹੈ ਨਿਕਲਦੀ ਕਿੱਥੋਂ ਪਈਏ ਅੰਦਰੋਂ ਨਿਆਜ਼ੀ ਨਾਲ ਬਾਹਰ ਕੌਣ ਬੈਠਾ ਹੈ ਖਬਰ ਮਨਿਕਾ ਹੁਣ ਖਬਰ ਮਨਿਕਾ ਨੂੰ ਇਹ ਕਿੱਥੇ ਲੱਭੀ ਇਹਦਾ ਕੋਠਾ ਸੀ ਜੇਲ ਰੋਡ ਲਾਹੌਰ ਤੇ ਟਾਪ ਕਲਾਸ ਡਾਂਸਰ ਫੀਚ ਤੇ ਟਾਪ ਕਲਾਸ ਮਾਈ ਸੀ ਤਿੰਨ ਚਾਰ ਕੁੜੀਆਂ ਸੀ ਉਸ ਤੋਂ ਬਾਅਦ ਗੋਗੀ ਇਹਨੂੰ ਰਲ ਜਾਂਦੀ ਤਿੰਨ ਚਾਰ ਸਾਲ ਬਾਅਦ ਔਰ ਗੋਗੀ ਦੀ ਪੈਣ ਮਸਰਤ ਜਿਹੜੀ ਉਹ ਵੀ ਰਲ ਜਾਂਦੀ ਇਹਨਾਂ ਉੱਤੇ ਰੱਜ ਕੇ ਯਾਸ਼ੀ ਕੀਤੀ ਔਰ ਉਹ ਇੱਕ ਕਸਟਮ ਦੇ ਵਿੱਚ ਅਫਸਰ ਸੀ ਇਹ ਮਨੇਕਾ ਉੱਥੇ ਪੈਸੇ ਜਿਹੜੇ ਲੁੱਟਦਾ ਸੀ 에ਰਪੋਰਟਾਂ ਤੋਂ ਜਾਂ ਡਰਾਈਪੋਰਟਾਂ ਤੋਂ ਉਹ ਲੁੱਟ ਕੇ ਉੱਥੇ ਲੈ ਜਾਂਦਾ ਸੀ ਉੱਥੇ ਇਹਨਾਂ ਨੂੰ ਖਵਾਉਂਦਾ ਸੀ ਪੀਰਨੀ ਨੂੰ ਗੋਗੀ ਨੂੰ ਮਸਰਤ ਨੂੰ ਦੇਖਦੋ ਹੋਰ ਵੀ ਸੀ ਉੱਥੋਂ ਇਹਦੇ ਨਾਲ ਜੁੜੀ ਤੇ ਜੁੜ ਕੇ ਤੇ ਉਹਨੇ ਸ਼ਾਦੀ ਮਾਦੀ ਦਾ ਚੱਕਰ ਚਲਾ ਚਲੂ ਕਿਤੇ ਮਨੇਕਾ ਦੀ ਬੀਵੀ ਬਣ ਗਈ ਔਰ ਉਸ ਤੋਂ ਬਾਅਦ ਉਸੇ ਕੋਠੇ ਤੇ ਨਿਆਜ਼ੀ ਜਾਣਾ ਸ਼ੁਰੂ ਹੋ ਗਿਆ ਕਿਸੇ ਦੌਰ ਵਿੱਚ ਕੰਦੀਲ ਬਲੋਚ ਤੇ ਯਾਦ ਜਨ ਕੰਦੀਲ ਬਲੋਚ ਨੂੰ ਉਧਾਂ ਚਾੜ ਦਿੱਤਾ ਗਿਆ ਸੀ ਮੁਸ਼ਰਫ ਕੋਲ ਉਹਨੇ 12 ਸਾਲ ਪਹਿਲੇ ਕਹਿ ਦਿੱਤਾ ਸੀ ਕਿ ਉਸੇ ਕੋਠੇ ਤੇ ਇਹ ਨਿਆਜ਼ੀ ਆਉਂਦਾ ਸੀ ਪੀਰਨੀ ਕੋਲ ਤੇ ਵਿਆਹ ਮੇਰੇ ਨਾਲ ਕਰ ਵਾਦਾ ਵਿਆਹ ਦਾ ਮੇਰੇ ਨਾਲ ਕੀਤਾ ਸੀ ਤੇ ਉਡਾ ਕੇ ਉਹਨੂੰ ਲੈ ਗਿਆ ਪੀਰਨੀ ਨੂੰ ਤੇ ਇਹ ਹੁਣ ਔਰੀਆ ਮਕਬੂਲ ਜਾਨ ਨੂੰ ਇੰਟਰਵਿਊ ਦੇ ਦਿੰਦੇ ਆ ਕਹਿੰਦਾ ਪੀਰਨੀ ਦੁਨੀਆ ਦੀ ਨੇਕਤਰੀਨ ਖਤੂਨ ਹੈ ਇਹੋ ਗੱਲ ਤੇ ਖਬਰ ਮਨੇਕਾ ਕਹਿੰਦਾ ਸੀ ਤੇ ਤੂੰ ਨਸਾਲੀ ਸੀ ਠੀਕ ਹੈ ਨਾ ਕਿੱਸਾ ਝੂਠਾ ਔਰ ਬਦਦਿਆਨਤ ਆਦਮੀ ਹੈ ਔਰ ਐਸਾ ਕੋਈ ਲੱਠਾ ਔਰ ਦੋ ਨੰਬਰ ਔਰ ਮਤਲਬ ਕਿ ਅਗਰ ਯਕੀਨ ਕਰੋ ਕਿ ਇਹਦਾ ਕਿਤੇ ਕੋਈ ਟੈਸਟ ਕਰਾਇਆ ਜਾਇਆ ਜਾ ਨਾ ਤੇ ਉਹਨੇ ਪਹਿਲੇ ਸੱਟੇ ਹੀ ਕਹਿਣਾ ਕਿ ਇਹਦਾ ਦਿਮਾਗੀ ਤਵਾਜਨ ਨਹੀਂ ਠੀਕ ਇਸਨਿਆਸੀ ਦਾ ਕਹਿੰਦਾ ਪੀਰਨੀ ਦੁਨੀਆ ਦੀ ਨੇਕਤਰੀਨ ਖਤੂਨ ਤੇ ਮੈਂ ਸਾਰਿਆਂ ਯੋਥੀਆਂ ਨੂੰ ਆਨਾਂ ਕਿ ਅੱਲਾ ਪਾਕ ਤੁਹਾਨੂੰ ਪੀਰਨੀ ਵਰਗੀ ਕੁੜੀ ਦੇ ਬਹੁਤ ਸ਼ੁਕਰੀਆ